ਭਾਰੀ ਮੀਂਹ ਦੇ ਨਾਲ ਜਿੱਥੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਮੀਂਹ ਰੁਕਣ ਤੋਂ ਬਾਅਦ ਵੀ ਕਈ ਥਾਵਾਂ ਤੇ ਹਾਲਾਤ ਅਜਿਹੇ ਨੇ ਕਿ ਘਰ ਦੀਆਂ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ, ਮੀਂਹ ਦੇ ਪਾਣੀ ਨਾਲ ਕਮਜ਼ੋਰ ਹੋ ਗਈਆਂ ਨੇ ਤੇ ਡਿੱਗ ਰਹੀਆਂ ਨੇ। ਹੁਣੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰ ਦੀ ਛੱਤ ਡਿੱਗ ਗਈ ਤੇ ਹੇਠਾਂ ਸੁੱਤੀ ਹੋਈ 60 ਸਾਲਾਂ ਬਜ਼ੁਰਗ ਇਸ ਮਲਬੇ ਦੇ ਹੇਠ ਆ ਗਈ, ਜਿਸ ਕਰਕੇ ਲੋਕਾਂ ਦੇ ਵੱਲੋਂ ਜੱਦੋ ਜਹਿਦ ਕਰਕੇ ਉਸਨੂੰ ਬਾਹਰ ਕੱਢਿਆ ਗਿਆ। ਕੜੀ ਮਸ਼ਕਤ ਕਰਨੀ ਪਈ ਤੇ ਫਿਰ ਇਸ ਮਲਬੇ ਦੇ ਹੇਠੋਂ ਇਸ 60 ਸਾਲਾ ਬਜ਼ੁਰਗ ਨੂੰ ਬਾਹਰ ਕੱਢ ਕੇ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਘਰ ਦੇ ਵਿੱਚ ਪਹਿਲਾਂ ਹੀ ਬਹੁਤ ਤੰਗੀ ਹੈ। ਇਸ ਮਾਂ ਦਾ ਇਕਲੌਤਾ ਪੁੱਤ ਹੈ ਜੋ ਮਿਹਨਤ ਮਜ਼ਦੂਰੀ ਕਰਦਾ ਹੈ, ਦਿਹਾੜੀ ਕਰਦਾ ਹੈ ਤੇ ਫਿਰ ਘਰ ਦਾ ਖਰਚਾ ਚੱਲਦਾ ਹੈ। ਬਜ਼ੁਰਗ ਮਾਤਾ ਦਾ ਵੀ ਚੂਲਾ ਟੁੱਟਿਆ ਹੋਇਆ ਜਿਸ ਕਰਕੇ ਉਹ ਜ਼ਿਆਦਾ ਕੰਮ ਨਹੀਂ ਕਰ ਪਾਉਂਦੇ ਨੇ। ਇਸ ਲਈ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਇਹ ਘਰ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਟੱਟ ਚੁੱਕਿਆ ਹੈ। ਤਸਵੀਰਾਂ ਲੁਧਿਆਣਾ ਦੇ ਇਸਲਾਮਗੰਜ ਇਲਾਕੇ ਦੀਆਂ ਨੇ ਜਿੱਥੇ ਇੱਕ ਘਰ ਦੀ ਛੱਤ ਮੀਂਹ ਨਾਲ ਕਮਜ਼ੋਰ ਹੋ ਗਈ ਤੇ ਹੇਠਾਂ ਬੈਠੀ ਇੱਕ 60 ਸਾਲਾ ਬਜ਼ੁਰਗ ਇਸ ਛੱਤ ਦੇ ਡਿੱਗਣ ਨਾਲ ਮਲਬੇ ਹੇਠਾਂ ਆ ਗਈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜਦੋਂ ਉਸਨੂੰ ਪਤਾ ਲੱਗਿਆ ਕਿ ਛੱਤ ਡਿੱਗਣ ਵਾਲੀ ਹੈ ਤਾਂ ਇਹ ਦੂਸਰੇ ਪਾਸੇ ਹੋ ਗਏ, ਪਰ ਪੂਰੀ ਦੀ ਪੂਰੀ ਕਮਰੇ ਦੀ ਛੱਤ ਇਹਨਾਂ ਦੇ ਉੱਤੇ ਆ ਡਿੱਗੀ, ਜਿਸ ਕਰਕੇ ਮਲਬੇ ਦੇ ਹੇਠਾਂ ਫਸ ਗਏ ਤੇ ਜਦੋਂ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਆਏ ਤੇ ਉਹਨਾਂ ਦੇ ਵੱਲੋਂ ਕੜੀ ਮਸ਼ਕਤ ਕਰਕੇ ਇਸ ਬਜ਼ੁਰਗ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਦਾ ਇਲਾਜ ਕਰਵਾਇਆ ਗਿਆ। ਸੋ ਇੱਥੇ ਲੋਕਾਂ ਦੇ ਵੱਲੋਂ ਸਰਕਾਰ ਨੂੰ, ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਏ ਤਾਂ ਹੀ ਆਪਣਾ ਗੁਜ਼ਾਰਾ ਚਲਾ ਸਕਦੇ ਨੇ, ਕਿਉਂਕਿ ਹੁਣ ਘਰ ਦੀ ਛੱਤ ਵੀ ਟੁੱਟ ਚੁੱਕੀ ਹੈ ਪਰ ਇਹ ਪਹਿਲਾਂ ਹੀ ਦਿਹਾੜੀ ਕਰਕੇ ਮਸੀਂ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਨੇ, ਤਾਂ ਇੱਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਰ ਦੇਖੋ, ਇੱਕਦਮ ਸੇ ਡਿੱਗ ਗਏ, ਮਾਤਾ ਜੀ ਬੈਠੇ ਸੀ, ਸਾਡੇ ਬਜ਼ੁਰਗ 60 ਸਾਲ ਦੀ ਉਮਰ ਆ ਉਹਨਾਂ ਦੀ, ਤੇ ਉਹ ਅਚਾਨਕ ਬੈਠੇ ਸੀ, ਪਹਿਲਾਂ ਉੱਧਰ ਬੈਠੇ ਸੀ ਫਿਰ ਇੱਧਰ ਹੋ ਗਏ, ਜਿੱਦਾਂ ਡਿੱਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਛੱਤ ਡਿੱਗੀ ਤੇ ਇੱਧਰ ਹੋ ਗਏ, ਉੱਧਰ ਹੋਣ ਕਾਰਨ ਫਿਰ ਇੱਕਦਮ ਹੀ ਸਾਰਾ ਡਿੱਗਿਆ ਇਹਨਾਂ ਦੇ ਉੱਤੇ ਮਲਬਾ, ਤੇ ਮਲਬਾ ਡਿੱਗਣ ਨਾਲ ਇਹਨਾਂ ਨੇ ਸਾਰੇ ਮਹੱਲੇਦਾਰੇ ਨੇ ਸਾਰੇ ਨੇ ਉੱਠ ਕੇ ਉਹਨਾਂ ਨੂੰ ਬਾਹਰ ਕੱਢਿਆ। ਜਦੋਂ ਉਹਨਾਂ ਦੀ ਨਾਜ਼ੁਕ ਮਤਲਬ ਸੀ ਉਹਨਾਂ ਦਾ, ਫਿਰ ਉਹਨਾਂ ਨੂੰ ਬਾਹਰ ਕੱਢਿਆ, ਫਿਰ ਉਹਨਾਂ ਨੂੰ ਬਿਠਾਇਆ, ਪਾਣੀ ਪੂਣੀ ਪਿਲਾਇਆ, ਫਿਰ ਥੱਲੇ ਲੈ ਕੇ ਆਏ ਉਹਨਾਂ ਨੂੰ। ਤੇ ਆਪਾਂ ਗੱਲ ਕਰੀਏ ਮਾਤਾ ਦੀ ਸਿਹਤ ਕਿੱਦਾਂ ਹੁਣ? ਮਾਤਾ ਦੀ ਸਿਹਤ ਥੋੜ੍ਹੀ ਨਾਜ਼ੁਕ ਹੈ, ਬਾਕੀ ਦੇਖੋ ਹੁਣ ਪ੍ਰਸ਼ਾਸਨ ਕੋਈ ਸਾਥ ਦੇਵੇ ਤਾਂ ਥੋੜ੍ਹਾ ਹੱਲ ਨਿਕਲੇਗਾ। ਅੱਛਾ, ਕਿੰਨੇ ਕੁ ਦਾ ਨੁਕਸਾਨ ਹੋ ਗਿਆ, ਕਿਸ ਤਰੀਕੇ ਦਾ ਪਰਿਵਾਰ ਹੈ, ਜੇ ਆਪਾਂ ਘਰ ਦੇ ਹਾਲਾਤਾਂ ਦੀ ਗੱਲ ਕਰੀਏ, ਹਾਲਾਤ ਕਿਹੋ ਜਿਹੇ ਉਹਨਾਂ ਦੇ ਪਰਿਵਾਰ ਦੇ ਘਰ ਦੇ? ਸਰ ਹਾਲਾਤ ਜਿਹੜੇ ਦੋ ਜਣੇ ਰਹਿ ਰਹੇ ਨੇ, ਉਹ ਵਿਚਾਰਾ ਮਜ਼ਦੂਰੀ ਕਰਦਾ, ਸਵੇਰੇ ਜਾਂਦਾ ਸ਼ਾਮੀ ਆਉਂਦਾ, ਅਤੇ ਮਾਤਾ ਜੀ ਕੋਲ ਜਦੋਂ ਚੁੱਲ੍ਹਾ ਟੁੱਟਿਆ ਸੀ ਉਦੋਂ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਸੀ, ਠੀਕ ਹੈ, ਹੁਣ ਵਿਚਾਰਾ ਜਾਂਦਾ, ਹੁਣ ਉਹਨਾਂ ਦੀ ਹੁਣ ਇਹਦੀ ਕੋਈ ਮਦਦ ਕਰੇ ਤਾਂ ਆਊਗਾ, ਪ੍ਰਸ਼ਾਸਨ ਜਿੰਨੀ ਮਦਦ ਕਰੇ ਉਨਾ ਹੀ ਫਾਇਦਾ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ? ਕਾਫੀ 2.5-3 ਸਾਲ, 2.5-3 ਲੱਖ ਦਾ ਹੋ ਗਿਆ ਨੁਕਸਾਨ ਇਹਨਾਂ ਦਾ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਪ੍ਰਸ਼ਾਸਨ ਨੂੰ ਇਹ ਕਹਾਂਗਾ, ਹੱਥ ਜੋੜ ਕੇ ਬੇਨਤੀ ਇਹਨਾਂ ਦਾ ਵਿਚਾਰੇ ਦਾ ਕੋਈ ਹੱਲ ਕਰੇ। ਅਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਹੈ ਨਹੀਂ ਹਜੇ ਤੱਕ? ਹਜੇ ਤੱਕ ਤਾਂ ਕੋਈ ਆਇਆ ਨਹੀਂ ਸਰ। ਅੱਛਾ ਜੀ, ਅਪੀਲ ਕੀ ਹੈ ਪ੍ਰਸ਼ਾਸਨ ਨੂੰ ਤਾਂ ਕਿ ਮਦਦ ਹੋਵੇ ਪਰਿਵਾਰ ਦੀ? ਅਪੀਲ ਇੱਦਾਂ ਸਰ, ਇੱਦਾਂ ਕਿ ਮਰੀਜ਼ ਅਪੀਲ ਕਰਨ ਨਾਲ ਹੀ ਹੋਣਾ, ਹੁਣ ਉਹਦਾ ਵਿਚਾਰੇ ਦਾ ਕੋਈ ਹੈ ਨਹੀਂ, ਕੋਈ ਸਾਥ ਨਹੀਂ ਦੇਗਾ, ਤਾਂ ਅਪੀਲ ਤਾਂ ਹੁਣ ਹੈਗੀ, ਪ੍ਰਸ਼ਾਸਨ ਹੀ ਕਰੇਗੀ। ਇਸਲਾਮਗੰਜ ਵਿੱਚ ਟਿੱਪਾਈ ਅਤੇ ਤੁਸੀਂ ਪਰਿਵਾਰ 'ਚ ਕੌਣ ਕੌਣ ਹੈ? ਮੈਂ ਤੇ ਮਾਤਾ ਜੀ। ਤੇ ਸਵੇਰੇ ਕਿੰਨੇ ਵਜੇ ਕੰਮ ਤੇ ਗਏ ਸੀ? ਮੈਂ ਜੀ 9:45 ਵਜੇ ਕੰਮ ਤੇ ਗਿਆ। ਅੱਛਾ, ਫੋਨ ਕਿਹਨਾਂ ਨੇ ਕੀਤਾ ਤੇ ਕਿੱਥੋਂ ਕੀ ਕਹਿਣਾ ਚਾਹੋਗੇ, ਕੀ ਗੱਲ ਹੋਈ? ਗਲੀ ਮਹੱਲੇ ਵਾਲੇ ਮਦਦ ਕੀਤੀ ਹੈ। ਹਾਂ, ਗਲੀ ਮਹੱਲੇ ਵਾਲਿਆਂ ਫੋਨ ਕੀਤਾ ਮੈਨੂੰ, ਉਹਨਾਂ ਨੇ ਮਦਦ ਕੀਤੀ ਮੇਰੀ, ਅਤੇ ਉਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਮਾਤਾ ਦੇ ਥੱਲੇ ਤਾਂ ਡਿੱਗੀ, ਲੈਂਟਰ ਡਿੱਗ ਗਿਆ, ਲੈਂਟਰ ਗਿਰ ਗਿਆ। ਹਾਂਜੀ, ਅਤੇ ਲੈਂਟਰ ਡਿੱਗ ਗਿਆ ਅਤੇ ਫਿਰ ਗਲੀ ਮਹੱਲੇ ਵਾਲੇ ਮੇਰੀ ਮਾਤਾ ਨੂੰ ਕੱਢਿਆ ਹੀ ਬਾਹਰ, ਮਲਬੇ ਥੱਲੇ ਦੱਬ ਗਏ ਗਿਆ, ਅਤੇ ਮੈਂ ਜਦੋਂ ਆ ਕੇ ਦੇਖਿਆ ਅਤੇ ਮੈਂ ਕਹਿੰਦਾ ਇਹ ਸਮਝ ਕੇ ਸਾਡੀ ਮਦਦ ਕੀਤੀ ਜਾਵੇ, ਮੈਂ ਆਪ ਦਿਹਾੜੀ ਕਰਕੇ ਧਾਰ ਚਲਾ ਦੇ, ਬਸ ਮੇਰੀ ਇਹ ਕਿ ਮਦਦ ਕੀਤੀ ਜਾਵੇ। ਅਤੇ ਆਪਾਂ ਗੱਲ ਕਰੀਏ ਮਾਤਾ ਦੀ ਕਿੰਨੀ ਉਮਰ ਹੈ ਅਤੇ ਸਿਹਤ ਕਿੱਦਾਂ ਹੁਣ?
ਸਿਹਤ ਨਾਜੁਕ ਆ ਜੀ, 60 ਸਾਲ ਦੀ ਉਮਰ ਹੈ। ਅੱਛਾ ਜੀ, ਅਤੇ ਗੱਲ ਕਰੀਏ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ, ਨੁਕਸਾਨ ਕਿੰਨੇ ਕੁ ਦਾ ਹੋ ਗਿਆ? ਨੁਕਸਾਨ ਜੀ 2-3 ਲੱਖ ਦਾ ਹੋ ਗਿਆ ਜੀ। ਅੱਛਾ, ਕੀ ਕੀ ਸਮਾਨ ਸੀਗਾ? ਬੈੱਡ ਸੀ ਆਪਣੇ, ਐਲਸੀਡੀ ਸੀ, ਕੂਲਰ ਸੀ, ਬਾਈ ਫਰਨੀਚਰ ਸੀ, ਫਰਨੀਚਰ ਸਾਰਾ ਦੱਬਿਆ ਗਿਆ। ਹਾਂਜੀ, ਸਾਰਾ ਦੱਬਿਆ ਗਿਆ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ, ਕੀ ਕਹਿਣਾ ਚਾਹੁੰਦੇ? ਸਾਨੂੰ ਇਹ ਕਹਿੰਦੇ ਜੀ ਮਦਦ ਕਰੇ ਸਾਡੀ।